ਸਾਗਰ ਦੀ ਵੋਟੀ ਲੈਂਦੀ ਇੰਡੀਗਾ ਚਲਾ। ਤੁਸੀਂ ਪਹਿਲੇ ਹੀ ਰੋਲ ਕਰ ਦਿੱਤਾ, ਮੈਨੂੰ ਪੁੱਛਿਆ ਵੀ ਨਹੀਂ। ਗਾਣਾ ਇੰਨਾ ਜ਼ਿਆਦਾ ਟ੍ਰੈਂਡਿੰਗ 'ਤੇ ਚੱਲ ਰਿਹਾ ਕਿ ਮੇਰੇ ਮੂੰਹ 'ਤੇ ਵੀ ਚੜਿਆ ਹੋਇਆ। ਹਰ ਕੋਈ ਜਾਣਨਾ ਚਾਹੁੰਦਾ ਸਾਗਰ ਦੀ ਵੋਟੀ ਕੌਣ ਹੈ ਅਤੇ ਗਾਣਾ ਕਿਵੇਂ ਟ੍ਰੈਂਡਿੰਗ 'ਚ ਆਇਆ ਚਲਾ, ਉਹ ਤੁਹਾਨੂੰ ਦੱਸਦੇ ਹਾਂ। ਸਾਗਰ ਦੀ ਵੋਟੀ ਦੇ ਇੰਨੇ ਜ਼ਿਆਦਾ ਦੀਵਾਨੇ ਹੋ ਗਏ ਨੇ ਕਿ ਆਰਟਿਸਟ ਵੀ ਇਸ ਦੇ ਉੱਪਰ ਰੀਲ ਬਣਾ ਰਹੇ ਨੇ ਅਤੇ ਕੋਈ ਇਸ ਦੇ ਉੱਪਰ ਕਮੈਂਟ ਕਰ ਰਿਹਾ, ਜਿਸਦਾ ਇੱਕ ਕਮੈਂਟ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਜਿਸ ਵਿੱਚ ਲਿਖਿਆ ਹੋਇਆ ਕਿਸੇ ਨੇ, ਡਰਾਈਵਿੰਗ ਲਾਇਸੈਂਸ ਕੈਂਸਲ ਸਾਗਰ ਦੀ ਵੋਟੀ ਦਾ। ਓ ਗੋਡ, ਕਿੱਦਾਂ ਕਿੱਦਾਂ ਦੇ ਕਮੈਂਟ ਆ ਰਹੇ ਨੇ। ਉਹ ਦੱਸ ਦਈਏ ਤੁਹਾਨੂੰ ਸਭ ਤੋਂ ਪਹਿਲਾਂ ਕਿ ਇਹ ਗਾਣੇ ਕਿਵੇਂ ਟ੍ਰੈਂਡਿੰਗ 'ਚ ਆ ਗਿਆ। ਸਭ ਤੋਂ ਪਹਿਲਾਂ ਦੱਸ ਦਈਏ ਕਿ ਇਹ ਗਾਣਾ ਜਿਹੜਾ 2005 ਦੇ ਵਿੱਚ ਆਇਆ ਸੀਗਾ, ਜੋ ਕਿ ਹੁਣ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ। ਫੁੱਲਾਂ ਵਾਲੀ ਰਜਾਈ ਤੋਂ ਆਪਣੇ ਗੀਤ ਦੀ ਸ਼ੁਰੂਆਤ ਕਰਨ ਵਾਲੇ ਸਤਨਾਮ ਸਾਗਰ ਅਤੇ ਸ਼ਮਿੰਦਰ ਸ਼ਮੀ ਦਾ ਇਹ ਗੀਤ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਗੀਤ ਕਦੇ ਵੀ ਪੁਰਾਣੇ ਨਹੀਂ ਹੁੰਦੇ ਅਤੇ ਹੁਣ ਸੋਸ਼ਲ ਮੀਡੀਆ 'ਤੇ ਸਾਡਾ ਦੌਰ ਚੱਲ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਕੈਸਟਾਂ ਦੇ ਜ਼ਮਾਨੇ 'ਚ ਵੀ ਸਾਡੇ ਗਾਣੇ ਚੱਲਦੇ ਸੀ ਅਤੇ ਹੁਣ ਵੀ ਸੋਸ਼ਲ ਮੀਡੀਆ 'ਤੇ ਸਾਡਾ ਗੀਤ ਟ੍ਰੈਂਡਿੰਗ 'ਚ ਚੱਲ ਰਿਹਾ। ਉੱਥੇ ਸੌਂਗ ਵਾਇਰਲ ਹੋਣ 'ਤੇ ਸਤਨਾਮ ਸਾਗਰ ਅਤੇ ਸ਼ਮਿੰਦਰ ਸ਼ਮੀ ਦਾ ਕਹਿਣਾ ਹੈ ਕਿ ਅੱਜ ਕੱਲ੍ਹ ਦੀ ਯੂਥ ਸਾਡੇ ਨਾਲੋਂ ਜ਼ਿਆਦਾ ਸਿਆਣੀ ਹੈ, ਜੋ ਸੌਂਗ ਉਹਨਾਂ ਨੂੰ ਵਧੀਆ ਲੱਗਦਾ ਹੈ ਉਹ ਖੁਦ ਹੀ ਵਾਇਰਲ ਕਰ ਦਿੰਦੀ ਹੈ। ਦੱਸ ਦਈਏ ਕਿ ਹੁਣ ਸਤਨਾਮ ਸਾਗਰ ਅਤੇ ਸ਼ਮਿੰਦਰ ਸ਼ਮੀ ਦੀ ਜੋੜੀ ਕਿਵੇਂ ਬਣੀ। ਅਤੇ ਸਤਨਾਮ ਸਾਗਰ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਉਹਨਾਂ ਨੇ ਕਈ ਗੀਤ ਵੀ ਗਾਏ ਹੋਏ ਨੇ, ਪਰ ਉਹਨਾਂ ਦੇ ਸਾਰੇ ਗੀਤ ਫਲੋਪ ਸਾਬਿਤ ਹੋਏ। ਅਤੇ ਜਦੋਂ ਉਹ ਸ਼ਮਿੰਦਰ ਸ਼ਮੀ ਦੇ ਪਿੰਡ ਅਖਾੜਾ ਲਾਉਣ ਗਏ ਤਾਂ ਸ਼ਮਿੰਦਰ ਸ਼ਮੀ ਸਟੇਜ ਦੇ ਉੱਪਰ ਆ ਕੇ ਉਹਨਾਂ ਨੂੰ 20 ਰੁਪਏ ਦੇਣ ਲੱਗ ਗਈ। ਅਤੇ ਉੱਥੇ ਹੀ ਜਦੋਂ ਸਤਨਾਮ ਸਾਗਰ ਨੇ ਉਹਨਾਂ ਦਾ ਨਾਮ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਮੇਰਾ ਨਾਮ ਸ਼ਮਿੰਦਰ ਸ਼ਮੀ ਹੈ, ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਉਹੀ ਕੁੜੀ ਹੈ ਜੋ ਇਸ ਪਿੰਡ ਦੇ ਵਿੱਚ ਸਭ ਤੋਂ ਸੋਹਣਾ ਗਾਉਂਦੀ ਹੈ। ਤਾਂ ਫਿਰ ਉਹਨਾਂ ਨੇ ਸਿੱਧਾ ਸ਼ਮਿੰਦਰ ਸ਼ਮੀ ਨੂੰ ਕਿਹਾ ਕਿ ਗਾਣਾ ਗਾਉਣਾ ਆਉਂਦਾ, ਤਾਂ ਉਹਨਾਂ ਨੇ ਜਵਾਬ ਦਿੱਤਾ ਹਾਂ। ਬਸ ਉਸ ਦਿਨ ਤੋਂ ਬਾਅਦ ਉਹਨਾਂ ਨੇ ਇਕੱਠੇ ਗਾਣਾ ਗਾਉਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਵਿੱਚੋਂ ਸਾਗਰ ਦੀ ਵੋਟੀ ਇੱਕ ਹੈ। ਅਤੇ ਹੁਣ ਤੱਕ ਦੀ ਇਹ ਜੋੜੀ ਆਪਣਾ ਸਫ਼ਰ ਤੈਅ ਕਰ ਰਹੀ ਹੈ। ਇੰਨਾ ਹੀ ਨਹੀਂ, ਗੀਤ ਵਾਇਰਲ ਹੋਣ 'ਤੇ ਦੋਨਾਂ ਨੇ ਲਾਈਵ ਆ ਕੇ ਵੀ ਲੋਕਾਂ ਦਾ ਧੰਨਵਾਦ ਕੀਤਾ। ਮੇਰਾ ਰੋਮ ਰੋਮ ਤੁਹਾਡਾ ਕਰਜਾਈ ਹੈ, ਮੇਰਾ ਵਾਲ ਵਾਲ ਤੁਹਾਡਾ ਕਰਜਾਈ ਹੈ। ਅਤੇ ਆਹ ਹੁਣ ਜਦੋਂ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਜਿੰਨਾ ਪਿਆਰ ਤੁਸੀਂ ਮੈਨੂੰ ਗਰੀਬ ਨੂੰ ਦਿੱਤਾ, ਜਿੰਨਾ ਪਿਆਰ ਤੁਸੀਂ ਮੈਨੂੰ ਗਰੀਬ ਨੂੰ ਦਿੱਤਾ, ਉਹਦੇ ਬਾਰੇ ਤਾਂ ਮੈਂ ਕੀ ਕਹਿ ਸਕਦਾ। ਪੂਰੀ ਧਰਤੀ ਦੇ, ਪੂਰੇ ਸੰਸਾਰ ਦੇ ਚਾਰੇ ਕੋਨੇ ਸਾਗਰ 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 ਦੀ ਵਹੁਟੀ, ਸਾਗਰ ਦੀ ਵਹੁਟੀ, ਸਾਗਰ ਦੀ ਵਹੁਟੀ, ਸਾਗਰ ਦੀ ਵਹੁਟੀ ਕਰਾ ਦਿੱਤੀ ਪੰਜਾਬੀਆਂ ਨੇ। ਮੈਂ ਸਮੁੱਚੇ ਪੰਜਾਬੀਆਂ ਦਾ, ਸਮੁੱਚੀ ਪੰਜਾਬੀਅਤ ਦਾ, ਸਮੁੱਚੀ ਮਾਨਵਤਾ ਦਾ ਕਿਵੇਂ ਧੰਨਵਾਦ ਕਰਾਂ, ਮੇਰੇ ਕੋਲ ਲਫ਼ਜ਼ ਨਹੀਂ ਹੈਗੇ। ਬਸ ਤੁਹਾਡੇ ਪੈਰਾਂ 'ਤੇ ਸਿਰ ਰੱਖ ਕੇ, ਤੁਹਾਡੀਆਂ ਜੁੱਤੀਆਂ 'ਤੇ ਸਿਰ ਰੱਖ ਕੇ ਬਹੁਤ 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 ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ। ਜਿੰਨਾ ਚਿਰ ਸਾਡੇ ਸਾਹ ਚੱਲਦੇ ਰਹਿਣਗੇ, ਪੰਜਾਬੀ ਮਾਂ ਬੋਲੀ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਾਂਗੇ। ਸਾਡੀ ਹੱਥ ਜੋੜ ਕੇ ਬੇਨਤੀ ਹੈ, ਇਹਨਾਂ ਕੋ ਪਿਆਰ ਬਖਸ਼ਦੇ ਰਹੋ। ਫੁੱਲਾਂ ਵਾਲੀ ਰਜਾਈ ਵਰਗਾ ਜਾਂ ਸਾਗਰ ਦੀ ਵਹੁਟੀ ਵਰਗਾ ਪਿਆਰ ਬਖਸ਼ਦੇ ਰਹੋ। ਮੈਂ ਪਹਿਲਾਂ ਨਾਲੋਂ ਵਧੀਆ ਲਿਖਣ ਦੀ ਕੋਸ਼ਿਸ਼ ਕਰਾਂਗਾ, ਪਹਿਲਾਂ ਨਾਲੋਂ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ। ਸਮੁੱਚੇ ਪੰਜਾਬੀਆਂ ਦੇ ਚਰਨਾਂ ਵਿੱਚ, ਸਮੁੱਚੀ ਮਾਨਵਤਾ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉੱਥੇ ਸਤਨਾਮ ਸਾਗਰ ਦਾ ਕਹਿਣਾ ਹੈ ਕਿ ਮੈਂ ਸੋਸ਼ਲ ਮੀਡੀਆ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ, ਮੇਰਾ ਗਾਣਾ ਟ੍ਰੈਂਡਿੰਗ 'ਤੇ ਕਰ ਦਿੱਤਾ। ਉਹਨਾਂ ਨੇ ਕਿਹਾ ਹੈ ਕਿ ਮੈਂ ਕਦੀ ਸੋਸ਼ਲ ਮੀਡੀਆ ਨਹੀਂ ਦੇਖਦਾ, ਪਰ ਜਦੋਂ ਮੈਂ ਦੇਖਿਆ ਤਾਂ ਮੈਂ ਆਪ ਹੈਰਾਨ ਰਹਿ ਗਿਆ
ਕਿ ਸਾਰੇ ਪਾਸੇ ਸਾਗਰ ਦੀ ਵੋਟੀ ਹੋਈ ਪਈ ਆ। ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਫੈਨਸ ਨਾਲ ਵਾਅਦਾ ਵੀ ਕੀਤਾ ਹੈ ਕਿ ਅਸੀਂ ਹੋਰ ਇਸ ਤੋਂ ਵਧੀਆ ਲਿਖਣ ਦੀ ਕੋਸ਼ਿਸ਼ ਵੀ ਕਰਾਂਗੇ। ਇਦਾਂ ਦੀ ਹੋਰ ਮਜ਼ੇਦਾਰ ਐਂਟਰਟੇਨਮੈਂਟ ਵੀਡੀਓਸ ਤੇ ਅਪਡੇਟਸ ਲਈ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਤੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ।